ਸਤੂਗੁਰਾਂ ਦੀ ਬਾਣੀ ਦਾ ਫਰਮਾਨ ਹੈ ਅੰਦੀ ਰਈਤ ਗਿਆਨ ਵੀ ਹੋਣੀ ਪਾਹੇ ਭਰੇ ਮੁਰਦਾਰ ਇਹ ਸਵਾਲ ਅੱਜ ਬਹੁਤ ਵੱਡਾ ਹੋ ਗਿਆ ਕਿ ਲਾਲ ਕਿਲੇ ਦੇ ਉੱਪਰ ਇਹ ਨਿਸ਼ਾਨ ਕਿਉਂ ਕੇਸਰੀ ਅਤੇ ਕਿਸਾਨੀ ਦਾ ਨਿਸ਼ਾਨ ਕਿਉਂ ਇੱਥੇ ਸਿਰਫ ਤਿਰੰਗਾ ਹੋਣਾ ਚਾਹੀਦਾ ਹੈ ਧਿਆਨ ਦੇ ਨਾਲ ਦੇਖੋ ਇਹ ਦੋਵੇਂ ਨਿਸ਼ਾਨ ਤਿਰੰਗੇ ਦੇ ਵਿੱਚ ਹਨ ਕੇਸਰੀ ਆ ਵੀ ਅਤੇ ਕਿਸਾਨੀ ਦਾ ਵੀ ਇਹ ਦੋਵੇਂ ਨਿਸ਼ਾਨ ਪਹਿਲਾਂ ਹੀ ਤਿਰੰਗੇ ਦੇ ਵਿੱਚ ਹਨ ਕੇਸਰੀ ਨਿਸ਼ਾਨ ਕੇਸਰੀ ਰੰਗ ਅਤੇ ਕਿਸਾਨੀ ਦਾ ਰੰਗ ਦੋਵੇਂ ਤਿਰੰਗੇ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਲੇਕਿਨ ਅੱਜ ਇਹਨਾਂ ਦੋਹਾਂ ਨਿਸ਼ਾਨਾਂ ਨੂੰ ਵੱਖਰੇ ਤੌਰ ਤੇ ਝੁਲਾਉਣ ਦੀ ਜ਼ਰੂਰਤ ਕਿਉਂ ਪਈ ਇਸ ਗੱਲ ਦੇ ਉੱਤੇ ਵਿਚਾਰ ਹੋਣਾ ਚਾਹੀਦਾ ਹੈ ਇਸ ਗੱਲ ਦੇ ਉੱਤੇ ਮੰਥਨ ਹੋਣਾ ਚਾਹੀਦਾ ਹੈ ਕਿ ਇਹ ਜੋ ਤਿਰੰਗਾ ਹੈ ਇਹ ਖਾਲਸਾਈ ਸ਼ਾਨ ਦਾ ਵੀ ਪ੍ਰਤੀਕ ਸੀ ਅਤੇ ਇਹ ਭਾਰਤ ਦੀ ਕਿਸਾਨੀ ਦਾ ਵੀ ਪ੍ਰਤੀਕ ਸੀ ਲੇਕਿਨ ਮਨੁਵਾਦੀ ਲੋਕਾਈ ਨੇ ਮਨੁਵਾਦੀ ਸੋਚ ਨੇ ਜਿਹਦੇ ਵਿੱਚ ਆਰਐਸਐਸ ਵਰਗੀਆਂ ਕੱਟਰ ਪੰਥੀ ਜੋ ਸੰਸਥਾਵਾਂ ਹਿੰਦੂਤਵ ਦਾ ਅਜੰਡਾ ਲੈ ਕੇ ਚੱਲਦੀਆਂ ਨੇ 1947 ਤੋਂ ਪਹਿਲਾਂ ਦਾ ਭਾਰਤ ਇਸ ਤਿਰੰਗੇ ਦੇ ਵਿੱਚ ਵੱਸਦਾ ਸੀ لیکن 1947 ਤੋਂ ਬਾਅਦ ਜਿਉਂ ਹੀ ਸੱਤਾ ਪਰਵਰਤਨ ਹੁੰਦਾ ਹੈ ਜਿਉਂ ਹੀ ਪਾਵਰ ਟਰਾਂਸਫਰ ਹੁੰਦੀ ਹੈ ਤੇ ਇਹ ਮਨੁਵਾਦੀ ਲੋਕ ਇਸ ترنگے ਦੇ ਉੱਤੇ ਕਾਬਜ ਹੋ ਜਾਂਦੇ ਨੇ ਨਾ ਕਿਸਾਨੀ ਖੁਸ਼حال ਰਹੀ ਨਾ ਖਾਲਸਾਈ ਕੌਮ ਸਿੱਖ ਕੌਮ ਖੁਸ਼ ਰਹੀ ਜੋ ਵਾਦੇ ਇਹਨਾਂ ਨੇ ਕੀਤੇ ਸਨ ਕਿਸਾਨੀ ਦੇ ਨਾਲ ਜੋ ਵਾਦੇ ਇਹਨਾਂ ਨੇ ਕੀਤੇ ਸਨ ਸਿੱਖ ਕੌਮ ਦੇ ਨਾਲ ਇਹ ਮਨੁਵਾਦੀ ਲੋਕ ਇਹ ਸੰਗੀ ਲੋਕ ਹਰ ਵਾਰ ਉਹਨਾਂ ਵਾਅਦਿਆਂ ਤੋਂ ਮੁਕਰਦੇ ਰਹੇ ਤੇ ਸਮਾਂ ਬੀਤਦਾ ਗਿਆ ਕਿਸਾਨ ਪਿਸਦਾ ਰਿਹਾ ਸਿੱਖ ਕੌਮ ਪਿਸਦੀ ਰਹੀ ਅਤਿਆਚਾਰ ਸਹਾਰਦੀ ਰਹੀ ਤੇ ਅੱਜ ਉਹ ਸਮਾਂ ਆ ਗਿਆ ਜਦੋਂ ਇਹ ਦੋਵੇਂ ਨਿਸ਼ਾਨ ਤਿਰੰਗੇ ਦੇ ਵਿੱਚੋਂ ਵੱਖਰੇ ਪ੍ਰਗਟ ਹੋ ਕੇ ਲਾਲ ਕਿਲੇ ਦੇ ਉੱਤੇ ਝੂਲਦੇ ਤੁਹਾਨੂੰ ਨਜ਼ਰ ਆਉਂਦੇ ਨੇ ਇਹਦੀ ਸਭ ਤੋਂ ਵੱਡੀ ਵਜ੍ਹਾ ਮਨੁਵਾਦ ਜਿਸ ਨੇ ਭਾਰਤ ਨੂੰ ਲੰਮਾ ਸਮਾਂ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜ ਕੇ ਰੱਖਿਆ ਉਹ ਮਨੁਵਾਦ ਜਿਸ ਨੇ ਇਨਸਾਨੀ ਜੂਨ ਨੂੰ ਇਸ ਇਨਸਾਨੀ ਸਮਾਜ ਨੂੰ ਵਰਣ ਵੰਡ ਦਿੱਤੀ ਫਿਰਕਾ ਪ੍ਰਸਤੀ ਦਿੱਤੀ ਜਿਸ ਨੇ ਐਸੀਆਂ ਮਨੋਤਾਵਾਂ ਦੇ ਦਿੱਤੀਆਂ ਜਿਨ੍ਹਾਂ ਨੇ ਮਨੁੱਖੀ ਸਮਾਜ ਨੂੰ ਭਾਰਤ ਦੇ ਕਿੱਤੇ ਦੇ ਵਿੱਚ ਲੰਮਾ ਸਮਾਂ ਗੁਲਾਮੀ ਦੇ ਵਿੱਚ ਗਰਗ ਕਰ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਉਹ ਨਿਰੰਕਾਰੀ ਜੋਤ ਨੇ ਲੰਮਾ ਸਮਾਂ 250 ਸਾਲ ਦੇ ਕਰੀਬ ਸੰਘਰਸ਼ ਕਰਕੇ ਤੇ ਇਸ ਭਾਰਤ ਦੀ ਅਜ਼ਮਤ ਨੂੰ ਇੱਜ਼ਤ ਨੂੰ ਸ਼ਾਨ ਨੂੰ ਬਹਾਲ ਕੀਤਾ ਉਹ ਖਾਲਸਾ ਕੌਮ ਜਿਸ ਨੇ ਆਪਣਾ ਸਰਬੰਸ ਵਾਰ ਕੇ ਇਸ ਭਾਰਤ ਨੂੰ ਨਕਸ਼ੇ ਦੇ ਉੱਤੇ ਕਾਇਮ ਕੀਤਾ ਅੱਜ ਉਹ ਹਾਲਸਾ ਕੌਮ ਅੱਜ ਉਹ ਸਿੱਖ ਸਮਾਜ ਉਪੇਖਿਆ ਦਾ ਸ਼ਿਕਾਰ ਹੋ ਗਿਆ ਇਸ ਮਨੂਵਾਦ ਕਰਕੇ ਆਰਐਸਐਸ ਵਰਗੀਆਂ ਸੰਸਥਾਵਾਂ ਜੋ ਕੰਮ ਕਰਦੀਆਂ ਨੇ ਹਰ ਇੱਕ ਰਾਜਨੀਤਿਕ ਦਲ ਦੇ ਵਿੱਚ ਇਹਨਾਂ ਦੇ ਸੈੱਲ ਨੇ ਪਿਛਲੀਆਂ ਹਕੂਮਤਾਂ ਨੇ ਵੀ ਨਾ ਕਿਸਾਨੀ ਦੇ ਨਾਲ ਇਨਸਾਫ ਕੀਤਾ ਨਾ ਸਿੱਖ ਕੌਮ ਦੇ ਨਾਲ ਇਨਸਾਫ ਕੀਤਾ ਬਹੁਤ ਵੱਡੇ ਵੱਡੇ ਤੱਕੇ ਬਹੁਤ ਵੱਡੀਆਂ ਵੱਡੀਆਂ ਬੇਇਨਸਾਫੀਆਂ ਹੁੰਦੀਆਂ ਆਈਆਂ ਨੇ ਤੇ ਉਸੇ ਤਰ੍ਹਾਂ ਹੀ ਇਸ ਮਨੁਵਾਦੀ ਹਕੂਮਤ ਨੇ ਇਸ ਬੀਜੇਪੀ ਦੀ ਹਕੂਮਤ ਨੇ ਇੰਨਾ ਮਜਬੂਰ ਕਰ ਦਿੱਤਾ ਇੱਕ ਵਾਰੀ ਫੇਰ ਇੰਨਾ ਲਾਚਾਰ ਕਰ ਦਿੱਤਾ ਇੰਨਾ ਦੁਖੀ ਕਰ ਦਿੱਤਾ ਕਿ ਅੱਜ ਤੁਸੀਂ ਦੇਖੋ ਇਹ ਦੋ ਨਿਸ਼ਾਨ ਜੋ ਲਾਲ ਕਿਲੇ ਦੇ ਉੱਪਰ ਤੁਹਾਨੂੰ ਵੱਖਰੇ ਝੂਲਦੇ ਹੋਏ ਨਜ਼ਰ ਆਉਂਦੇ ਨੇ ਅਸਲ ਦੇ ਵਿੱਚ ਇਹ ਵੱਖਰੇ ਤਾਂ ਹੋਏ ਕਿਉਂਕਿ ਮਨੁਵਾਦ ਨੇ ਇਸ ਤਿਰੰਗੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਮਨੁਵਾਦ ਨੇ ਇਸ ਤਿਰੰਗੇ ਦਾ ਜੋ ਸਿਧਾਂਤ ਸੀ ਉਸ ਨੂੰ ਤਾਰ-ਤਾਰ ਕੀਤਾ ਹੈ ਮਨੁਵਾਦ ਨੇ ਇਸ ਤਿਰੰਗੇ ਦੀ ਜੋ ਅਹਿਮੀਅਤ ਸੀ ਉਸ ਨੂੰ ਤਾਰ-ਤਾਰ ਕੀਤਾ ਹੈ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਭਾਰਤ ਵਾਸੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਅੱਜ ਤੱਕ ਕਿਸਾਨੀ ਨੇ ਖਾਲਸੇ ਨੇ ਵੱਖਰੇ ਤੌਰ ਤੇ ਇੱਥੇ ਦੋ ਨਿਸ਼ਾਨ ਕਾਇਮ ਕੀਤੇ ਨੇ ਤਿਰੰਗੇ ਦੇ ਨਾਲ ਜੇ ਇਹ ਮਨੁਵਾਦੀ ਸੋਚ ਇਹ ਮਨੁਵਾਦੀ ਵਿਚਾਰਧਾਰਾ ਇਹ ਆਰਐਸਐਸ ਵਰਗੀਆਂ ਕੱਟਰ ਪੰਥੀ ਜੋ ਸੰਸਥਾਵਾਂ ਸਮਾਜ ਦੇ ਦੋ ਫਾੜ ਕਰਨਾ ਚਾਹੁੰਦੀਆਂ ਨੇ ਹਿੰਦੂਤਵ ਦਾ ਅਜੈਂਡਾ ਇੱਥੇ ਲਾਗੂ ਕਰਨਾ ਚਾਹੁੰਦੀਆਂ ਨੇ ਅਗਰ ਇਹਨਾਂ ਨੂੰ ਨਕੇਲ ਨਾ ਪਾਈ ਗਈ ਅਗਰ ਇਹਨਾਂ ਨੂੰ ਸਮਾਜ ਦੇ ਵਿੱਚੋਂ ਦਰਕਿਨਾਰ ਨਾ ਕੀਤਾ ਗਿਆ ਤੇ ਮੈਂ ਸਮਝਦਾ ਹਾਂ ਵੀ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਦੋ ਨਹੀਂ ਤਿੰਨ ਨਿਸ਼ਾਨ ਤੁਹਾਨੂੰ ਝੂਲਦੇ ਹੋਏ ਨਜ਼ਰ ਆਉਣਗੇ ਜਾਂ ਉਹ ਤਿੰਨ ਨਿਸ਼ਾਨ ਇਸ ਲਾਲ ਕਿਲੇ ਦੇ ਉੱਤੇ ਤੁਹਾਨੂੰ ਵੱਖੋ-ਵੱਖਰੇ ਗੁੰਬਦਾਂ ਦੇ ਉੱਤੇ ਲੱਗੇ ਹੋਏ ਨਜ਼ਰ ਆਉਣਗੇ ਇਹਦੀ ਵਜ੍ਹਾ ਸਿਰਫ ਅਤੇ ਸਿਰਫ ਮਨੁਵਾਦ ਹੈ ਆਰਐਸਐਸ ਵਰਗੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਹਰ ਇੱਕ ਰਾਜਨੀਤਿਕ ਦਲ ਦੇ ਵਿੱਚ ਕੁਸ ਪੈਠ ਕਰਕੇ ਉਹਨਾਂ ਦੇ ਲੀਡਰਾਂ ਨੂੰ ਆਪਣੇ ਕਬਜੇ ਵਿੱਚ ਕਰਕੇ ਤੇ ਇਹ ਹਾਲਾਤ ਪੈਦਾ ਕੀਤੇ ਨੇ ਵੀ ਅੱਜ ਕਿਸਾਨੀ ਵੀ ਜਿਹੜੀ ਐ ਉਹ ਰੋਲ ਰਹੀ ਐ ਸੜਕਾਂ ਦੇ ਉੱਤੇ ਮਰ ਰਹੀ ਐ ਉਹ ਲਾਚਾਰ ਹੈ ਆਪਣੇ ਹੱਕ ਮੰਗਣ ਦੇ ਵਾਸਤੇ ਸੰਘਰਸ਼ ਕਰ ਰਹੀ ਐ ਤੇ ਉਹਦੇ ਨਾਲ ਨਾਲ ਖਾਲਸਾ ਕੌਮ ਦੇ ਮਨ ਦੇ ਵਿੱਚ ਵੀ ਜੋ ਟੀਸ ਹੈ ਜੋ ਦਰਦ ਹੈ ਬੇਇਨਸਾਫੀ ਦਾ ਅਤਿਆਚਾਰ ਦਾ ਜ਼ੁਲਮ ਦਾ ਜੋ ਮਨੂਵਾਦ ਨੇ 1947 ਤੋਂ ਬਾਅਦ ਇਸ ਕੌਮ ਦੇ ਉੱਤੇ ਕੀਤਾ ਜੋ ਵਾਅਦੇ ਕਰਕੇ ਇਹ ਭਾਰਤ ਆਜ਼ਾਦ ਹੋਇਆ ਸੀ ਕੌਮ ਦੇ ਨਾਲ ਉਹ ਵਾਅਦੇ ਪੂਰੇ ਨਹੀਂ ਹੋਏ ਤੇ ਉਹ ਟੀਸ ਇਸ ਅੰਦੋਲਨ ਦੇ ਵਿੱਚੋਂ ਕਿਤੇ ਨਾ ਕਿਤੇ ਉੱਭਰ ਕੇ ਸਾਹਮਣੇ ਆਈ ਹੈ ਸੋ ਇਸ ਦੇਸ਼ ਦੇ ਬੁੱਧੀਜੀਵੀਆਂ ਨੂੰ ਤੇ ਖਾਸ ਕਰ ਜਿਹੜੇ ਸਿੱਖੀ ਦੇ ਸਿੱਖ ਕੌਮ ਦੀ ਅਗਵਾਈ ਕਰਨ ਦਾ ਨਾਮ ਲੈ ਕੇ ਚੱਲ ਰਹੇ ਨੇ ਜਾਂ ਇਹ ਕਹਿੰਦੇ ਨੇ ਵੀ ਅਸੀਂ ਸਿੱਖ ਕੌਮ ਦੇ ਆਗੂ ਹਾਂ ਉਹਨਾਂ ਨੂੰ ਇਹ ਗੱਲ ਬੜੀ ਦ੍ਰਿੜਤਾ ਦੇ ਨਾਲ ਰੱਖਣੀ ਚਾਹੀਦੀ ਹੈ ਵਿਚਾਰਨੀ ਚਾਹੀਦੀ ਹੈ ਸੋਚਣੀ ਚਾਹੀਦੀ ਹੈ ਵੀ ਆਪਣੀ ਕੌਮ ਦਾ ਸਿਰ ਨੀਵਾ ਨਾ ਹੋਣ ਦਿਓ ਆਪਣੀ ਕੌਮ ਦਾ ਸਿਧਾਂਤ ਨੀਵਾ ਨਾ ਹੋਣ ਦਿਓ ਇਹ ਦੋ ਨਿਸ਼ਾਨ ਤਿਰੰਗੇ ਤੋਂ ਵੱਖ ਨਹੀਂ ਇਹ ਦੋ ਨਿਸ਼ਾਨ ਤਿਰੰਗੇ ਦਾ ਹੀ ਹਿੱਸਾ ਹਨ ਪਰ ਅੱਜ ਵਿਕਾਊ ਮੀਡੀਆ ਤੇ ਅੰਧ ਭਗਤ ਜੋ ਲੋਕ ਹਨ ਉਹ ਇਹਨਾਂ ਨੂੰ ਵੱਖਰਾ ਕਰਕੇ ਦੱਸ ਰਹੇ ਹਨ ਇਨਾਂ ਨੂੰ ਵੱਖਰਾ ਕਰਕੇ ਦਰਸਾ ਰਹੇ ਹਨ ਤੇ ਸਮਾਜ ਦੇ ਵਿੱਚ ਇੱਕ ਫਿਰਕੂ ਫਿਰਕੂ ਲਹਿਰ ਪੈਦਾ ਕਰ ਰਹੇ ਹਨ ਇੱਕ ੜਕਾਉ ਲਹਿਰ ਪੈਦਾ ਕਰ ਰਹੇ ਹਨ ਇਹ ਗੱਲ ਕਹਿ ਰਹੇ ਹਨ ਵੀ ਇਹ ਅਤੰਕਵਾਦੀ ਇੱਕ ਹਲਸਤਾਨ ਦਾ ਨਿਸ਼ਾਨ ਹੈ ਜਾਂ ਇਹ ਜੋ ਉਪਦ੍ਰਵੀ ਹਨ ਪਰ ਇਹ ਜੋ ਦੋ ਨਿਸ਼ਾਨ ਤਿਰੰਗੇ ਦੇ ਥੱਲੇ ਤੁਹਾਨੂੰ ਝੂਲਦੇ ਹੋਏ ਨਜ਼ਰ ਆ ਰਹੇ ਹਨ ਅਸਲ ਦੇ ਵਿੱਚ ਇਹ ਤਿਰੰਗੇ ਦੇ ਵਿੱਚ ਸ਼ਾਮਲ ਹਨ ਇਹ ਤਿਰੰਗੇ ਦੇ ਵਿੱਚ ਹੀ ਹਨ ਇਹ ਤਿਰੰਗਾ ਜਿੱਦਣ ਬਣਿਆ ਸੀ ਉਸ ਦਿਨ ਇਹਨਾਂ ਦੋ ਨਿਸ਼ਾਨਾ ਨੂੰ ਲੈ ਕੇ ਹੀ ਬਣਿਆ ਸੀ ਅੱਜ ਇਹ ਦੋ ਨਿਸ਼ਾਨ ਅਗਰ ਵੱਖਰੇ ਝੂਲ ਰਹੇ ਨੇ ਤੇ ਇਹਦਾ ਕਾਰਨ ਮਨੁਵਾਦ ਹੈ ਆਰਐਸਐਸ ਵਰਗੀਆਂ ਸੰਪਰਦਾਇਕ ਸੰਸਥਾਵਾਂ ਨੇ ਤੇ ਉਹ ਲੀਡਰ ਨੇ ਜਿਨ੍ਹਾਂ ਨੇ ਇੱਥੇ ਉਹ ਸੋਚ ਪੈਦਾ ਕਰਨ ਦਾ ਦੁਬਾਰਾ ਤੋਂ ਯਤਨ ਕੀਤਾ ਜਿਸ ਵਿਚਾਰਧਾਰਾ ਨੇ ਜਿਸ ਸੋਚ ਨੇ ਇਸ ਭਾਰਤ ਨੂੰ ਲੰਮਾ ਸਮਾਂ ਗੁਲਾਮ ਰੱਖਿਆ ਹੈ ਕਮਜ਼ੋਰ ਕਰਕੇ ਰੱਖਿਆ ਹੈ ਦਾਸ ਬਣਾ ਕੇ ਰੱਖਿਆ ਹੈ ਇਸ ਵਾਸਤੇ ਇਸ ਵਿਚਾਰ ਨੂੰ ਆਪਣੇ ਜ਼ਿਹਨ ਦੇ ਵਿੱਚ ਵਿਸਾਲੋ ਕਿ ਇਹ ਦੋ ਨਿਸ਼ਾਨ ਤਿਰੰਗੇ ਤੋਂ ਵੱਖ ਨਹੀਂ ਹਨ ਤੇ ਜੇ ਇਹ ਦੋ ਨਿਸ਼ਾਨ ਤਿਰੰਗੇ ਚੋਂ ਕੱਢ ਦਈਏ ਇਹ ਦੋ ਰੰਗ ਤਿਰੰਗੇ ਚੋਂ ਕੱਢ ਦਈਏ ਤੇ ਤਿਰੰਗਾ ਬਚਦਾ ਹੀ ਨਹੀਂ ਹੈ ਰੰਗਾ ਕਾਇਮ ਹੀ ਇਹਨਾਂ ਦੋ ਰੰਗਾ ਕਰਕੇ ਹੈ ਇਹਨਾਂ ਦੋ ਨਿਸ਼ਾਨਾ ਕਰਕੇ ਹੈ ਇਹਨਾਂ ਦੋ ਸਮੁਦਾਇਆਂ ਕਰਕੇ ਹੈ ਇਹਨਾਂ ਦੋ ਤਾਕਤਾਂ ਕਰਕੇ ਹੈ ਇਹ ਗੱਲ ਸਮਝਣ ਵਾਲੀ ਹੈ ਸਮਝ ਲਿਓ